हेलो व्हाट्सएप गाइस, टुडे वी आर रीच्ड एट मेहतियाना साहब। सो जी आपा गुरुद्वारा मेहतियाना साहब दे जवां नजदीक पहुंच चुके हां ते ए जेड़ी सड़क आ रसूलपुर मल्ला वो सड़क आ ते ए सीधी जांदी आ माणूका बस्सियां रैकोट फिर जाके जुड़ जांदी आ सीधी लिंक रोड लुधियाने वाले ते ते इधरों दिखाओ गुरुद्वारा आपा मेहतियाना साहब दे जवां करीब आ चुके आ। अज ऐतवार ते अज इकट्ठ भी बहुत हैगा भी इत्थे ऐतवार नूं हमेशा इत्थे राश मिलूगा थानू। सो पहुंच चुके आ मेहतियाना साहब कराउने आ थोड़े तुहाडे सब दे दर्शन चले आप दिखा नहीं ना सकते हुण इत्थे तो इन्हां दे चपेड़े पैण वालियां गल्लां माणूकिया ते मल्ले दे विचाले आ जांदे इतिहासिक जगह वाहिगुरु तो गुरु गोबिंद सिंह जी की चरण छो प्राप्त धरती है जिहड़ी ये ढाब आ इत्थे गुरु साहब ने इशनान किया तुरना कुदना किया इत्थे गुरु साहब कुछ दिन ठहर भी की गुरु साहब ने। सो सिख पंथ दियां इतिहासक जो यादां ने वे दर्शन कराने उन्होंने तो देख सकते हो गुरद्वारा मेहतियाना साहब देखो तुसी जिथे इतिहास भी नाल नाल लिखा हुआ सारे कासे का जकरिया खान सिंघां दे सिरां दे मुल पवा रहे आ देखो बकायदा बना के तस्वीरां बुत बना के दर्शाया गया सारिआं नूं लाहौर दे हुकम। सो सारा कुछ तुसीं जाणी कि इत्थे आओ दूरों दूरों उदां तां संगतां आउंदियां कनेडा अमरीका आस्ट्रेलिया ऑल वर्ल्ड चों दुनिया आउंदी आ ते जिहड़े नहीं आउंदे मेरी उन्हां नूं भी अपील आ बेनती आ कि एक बार आओ ते अपने बच्चियां नूं इत्थों दा इतिहास जरूर दिखाओ भई अपनी जिहड़ी सिख कौम आ किन्नी निडर आ ते किन्नियां कुर्बानियां कीतियां अपनी सिख कौम ने अपने वास्ते ते आ देखो शहीद भाई मती दास जी इन्हां आर इन्हां चीरिया गया सीगा इन्हां दी कुरबानी भी अपनी सिख कौम दे विच बहुत वड्डी कुरबानी है बकायदा इतिहास भी लिखा गया सारा कुछ ते तुसीं पढ़ भी सकदे हो। इदां ही तुहानूं हुण दिखाउने आ माता गुजरी दी माता गुजरी जी दिखाउने आ ठंडे बुरज च ते ਛੋਟੇ ਸ਼ਹਿਰ ਜਾਦਿਆਂ ਦੇ ਨਾਲ ਜਦੋਂ ਕਚਹਿਰੀ ਵੱਲ ਨੂੰ ਕੂਚ ਕਰਦੇ ਆ ਉਹ ਵੀ ਦਿਖਾਉਂਦੇ ਆ ਤੁਹਾਨੂੰ ਸਾਰਾ ਉਹ ਦੇਖ ਸਕਦੇ ਹੋ ਤੁਸੀਂ ਮਾਤਾ ਗੁਜਰੀ ਜੀ ਨੂੰ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਲੈਣ ਆਉਂਦੇ ਆ ਦੇਖ ਸਕਦੇ ਹੋ ਤੁਸੀਂ ਕਚਹਿਰੀ ਪੇਸ਼ ਜਦੋਂ ਕਹਿੰਦੇ ਇਤਿਹਾਸ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ। ਸੋ ਜਾਣੀ ਕਿ ਆਪਣਾ ਜਿਹੜਾ ਸਿੱਖ ਇਤਿਹਾਸ ਆ ਜੋ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਸਾਰਾ ਇੱਥੇ ਮੂਰਤਾਂ ਦੇ ਰੂਪ ਦੇ ਵਿੱਚ ਬਣਾ ਕੇ ਉਵੇਂ ਦਰਸਾਇਆ ਗਿਆ ਦਿਖਾਇਆ ਗਿਆ ਤਾਂ ਜੋ ਆਪਣੀਆਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਅਗਲੀਆਂ ਨਸਲਾਂ
ਉਹਨਾਂ ਨੂੰ ਦੱਸਿਆ ਜਾਵੇ ਕਿ ਆਪਣਾ ਜੋ ਸਿੱਖ ਇਤਿਹਾਸ ਆ ਉਹਨਾਂ ਦੀਆਂ ਕੁਰਬਾਨੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਆਪਣੇ ਲਈ ਉਹਨਾਂ ਨੇ ਅਤੇ ਬਹੁਤੇ ਮੇਰੇ ਵਰਗੇ ਆ ਸਾਨੂੰ ਆਪ ਨੂੰ ਨਹੀਂ ਪਤਾ ਵੀ ਸਾਡੀ ਜਿਹੜੀ ਕੌਮ ਆ ਉਹਨਾਂ ਨੇ ਇੰਨੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਾਡੀ ਜਿਹੜੀ ਕੌਮ ਨੂੰ ਹੋਂਦ ਆ ਉਹਨੂੰ ਜਿਉਂਦਾ ਰੱਖਿਆ ਅਤੇ ਸਾਈ ਮੀਆਂ ਮੀਰ ਜੀ ਤੁਸੀਂ ਦੇਖੋ ਸਭ ਕੁਛ ਜਾਣ ਕੇ ਇਕੱਲੀ ਇਕੱਲੀ ਜੋ ਇਕੱਲਾ ਇਕੱਲਾ ਸ਼ਹੀਦ ਇਕੱਲੀ ਇਕੱਲੀ ਸ਼ਹੀਦੀ ਉਹਨਾਂ ਦਾ ਵਿਸਥਾਰ ਸਾਰਾ ਕੁਛ ਦੱਸਿਆ ਗਿਆ ਦੇਖੋ ਤੁਸੀਂ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉੱਬਲਦੀ ਦੇਗ ਦੇ ਵਿੱਚ ਕਾੜਿਆ ਗਿਆ ਸੀ ਉੱਬਲਦੀ ਦੇਗ ਦੇ ਵਿੱਚ ਭਾਈ ਦਿਆਲਾ ਜੀ ਇਸੇ ਤਰ੍ਹਾਂ ਕਹਿੰਦੇ ਪੀਰ ਬੁੱਧੂ ਸ਼ਾਹ ਜੀ ਪੀਰ ਬੁੱਧੂ ਸ਼ਾਹ ਜੀ ਗੁਰੂ ਜੀ ਨੂੰ ਅਰਜ ਕੀਤੀ ਅਤੇ ਦੇਖੋ ਭਾਈ ਮਹਾਂ ਸਿੰਘ ਜੀ ਆ ਦੇਖੋ ਤੁਸੀਂ ਜਦੋਂ ਯੁੱਧ ਹੋਇਆ ਸਾਰਾ ਐਨ ਦੇਖ ਕੇ ਐਂ ਲੱਗਦਾ ਜਿਵੇਂ ਅਸਲੀ ਦੀਆਂ ਰੂਹਾਂ ਜਿਹੜੀਆਂ ਉਹ ਸਾਡੇ ਸਾਹਮਣੇ ਖੜੀਆਂ ਹੁਣ ਦੇਖ ਕੇ ਨਾ ਇੱਦਾਂ ਮਹਿਸੂਸ ਹੁੰਦਾ ਜਿਵੇਂ ਇੱਦਾਂ ਤਾਂ ਲੱਗਦਾ ਨਹੀਂ ਵੀ ਇਹ ਜੋ ਬੁੱਤ ਬਣਾਏ ਗਏ ਆ ਇੱਦਾਂ ਹੀ ਲੱਗਦਾ ਜਿਵੇਂ ਸਾਡੇ ਸਾਹਮਣੇ ਹੀ ਖੜ੍ਹੇ ਆ ਅਤੇ ਓਰੀਜਨਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਮ੍ਹਾਂ ਹੀ ਪਰਖ ਹੀ ਨਹੀਂ ਹੋ ਸਕਦੀ ਉਸ ਤਰ੍ਹਾਂ ਦੇ ਨਾਲ ਇਹਨਾਂ ਦਾ ਜ਼ਿਕਰ ਕੀਤਾ ਅਤੇ ਬਣਾਏ ਗਏ ਆ ਉਸ ਤਰ੍ਹਾਂ ਦੇਖੋ ਤੁਸੀਂ ਲਓ ਸ਼ਹੀਦ ਭਾਈ ਜੈ ਸਿੰਘ ਖਲਕਟ ਦੇਖੋ ਆਪਣੀ ਕੌਮ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਰੂਹ ਆ ਜਿਹੜੀ ਉਹ ਕੰਬ ਜਾਂਦੀ ਆ ਦੇਖ ਕੇ ਵੀ ਇੱਦਾਂ ਇੱਦਾਂ ਦੀਆਂ ਆਪਣੀ ਕੌਮ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਜੀ ਦੀ ਉਹਨਾਂ ਦੀ ਵੀ ਜੋ ਬਣਾਈ ਆ ਜਗ੍ਹਾ ਅਤੇ ਸ਼ਹੀਦ ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਜੀ ਕਹਿੰਦਾ ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਵੀ ਮੈਨੂੰ ਲੱਗਦਾ ਅਤੇ ਬਣ ਰਹੀ ਆ ਯਾਦਗਾਰ ਅਤੇ ਤਿਆਰ ਹੋ ਰਹੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਵੀ ਇੱਥੇ ਯਾਦਗਾਰ ਜੋ ਬੁੱਤ ਬਣ ਰਿਹਾ ਵਾ ਤਿਆਰੀ ਚੱਲ ਰਹੀ ਆ ਦੇਖੋ ਤੁਸੀਂ ਸੋ ਮੇਰੀ ਸਾਰਿਆਂ ਨੂੰ ਇਹੀ ਹੱਥ ਬੰਨ੍ਹ ਕੇ ਅਪੀਲ ਆ ਕਿ ਇੱਕ ਵਾਰ ਜਿਹੜੇ ਨਹੀਂ ਪਹੁੰਚੇ ਜਾਂ ਜਿਹੜੇ ਹਜੇ ਤੱਕ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਆਪ ਵੀ ਆਓ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਓ ਤਾਂ ਜੋ ਆਪਣੇ ਜੋ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਜੋ ਸਿੱਖੀ ਤੋਂ ਦੂਰ ਜਾ ਚੁੱਕੇ ਆ ਉਹ ਸਿੱਖੀ ਦੇ ਰਾਹ 'ਤੇ ਫਿਰ ਮੁੜ ਕੇ ਆਉਣ ਇਹੀ ਅਰਦਾਸ ਅਪੀਲ ਹੈ ਕਿ ਸਾਰੇ ਇੱਕ ਵਾਰ ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਦਿਖਾਓ ਆਪਣਾ ਇਤਿਹਾਸ ਅਤੇ ਜਾਣੂ ਕਰਾਓ ਵੀ ਆਪਣੇ ਸਿੰਘਾਂ ਨੇ ਆਪਣੀ ਸਿੱਖੀ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਕੀ ਕੁਝ ਚੱਲਿਆ ਕਿੰਨੇ ਤਸੀਹੇ ਚੱਲੇ ਸੋ ਇੰਨੀ ਕੁ ਅਪੀਲ ਆ ਆਪਣੀ ਜੇਕਰ ਆਪਣਾ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵਧੀਆ ਵਧੀਆ ਘੈਂਟ ਘੈਂਟ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ